गुरु अर्जन देव जी दे शहीदी दिहाड़े दे उपलक्ष्य चंडीगढ़ सेक्टर 38 दे विच रखा गया सीगा प्रोग्राम ते उस उपलक्ष्य दीप सिद्धू ने की शिरकत ते उत्थे भाषण देंदे हुए कहा कि इस टाइम जिहड़ा मौका है इस टाइम दा जिहड़ा टाइम है वह सबनों एकजुट होने का टाइम है ते हुण वह दोबारा फिर किसानी मोर्चे ते दोबारा जाऊंगे। नाले अपने उपर लगे हुए इल्जामां दे सफाइयां च उन्होंने जो भी कहा सुनदे आ उन्होंने जुबानी तुसी पेश है इस संबंध विच मधु राणा दी चंडीगढ़ तो एक खास रिपोर्ट। ਨਾਲ ਥੋੜੀ ਆਜ਼ਾਦ ਤੰਦਰਾ ਕਰ ਰਹੇ ਹੋ? ਨਹੀਂ ਜੀ, ਅੱਜ ਕੱਲ੍ਹ ਦੇਖੋ ਸੰਘਰਸ਼ ਤਾਂ ਸਾਡਾ ਚੱਲ ਹੀ ਰਿਹਾ, ਫਿਰ ਇੱਕ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਆ ਜਿਹੜਾ ਉਹਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਹਾਲਾਤ ਆ ਇਹ ਕਿਸੇ ਨਾ ਕਿਸੇ ਸਪੈਸ਼ਲ ਤਰ੍ਹਾਂ ਦੇ ਇੱਕ ਸਿਸਟਮ ਦੀ ਦੇਣ ਆ। ਸੋ ਸਾਡਾ ਸੰਘਰਸ਼ ਆ ਜਿਹੜਾ ਕਿਸਾਨੀ ਸੰਘਰਸ਼, ਪ੍ਰਾਇਰਿਟੀ ਤਾਂ ਉਹ ਆ, ਸਾਡੀ ਤਰਜੀਹ ਉਹ ਆ, ਪਿੰਡਾਂ 'ਚ ਜਾ ਕੇ ਸਾਡੇ ਬੰਦਿਆਂ ਨੂੰ ਲਾਮਬੰਦ ਕਰ ਰਹੇ ਹਾਂ, ਸਾਰਿਆਂ ਨੂੰ ਨਾਲ ਜੋੜ ਰਹੇ ਹਾਂ। ਦੂਜੀ ਗੱਲ, ਇੱਕ ਪੋਲੀਟੀਕਲ ਸਟਰਕਚਰ ਨੂੰ ਵੀ ਮੈਨੂੰ ਲੱਗਦਾ ਸਾਨੂੰ ਰੀਸਟਰਕਚਰ ਕਰਨਾ ਪਊਗਾ ਜੋ ਪੰਜਾਬ ਦਾ। ਸੋ ਇਹਦੇ ਲਈ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ, ਆਪਦੀ ਰਿਸਪੋਂਸਿਬਿਲਟੀ ਨੂੰ ਸਮਝਣਾ ਅਤੇ ਫਿਰ ਇਕੱਠੇ ਹੋ ਕੇ ਕੋਈ ਨਾ ਕੋਈ ਹੰਭਲਾ ਮਾਰਨਾ, ਇਹ ਬੜਾ ਜ਼ਰੂਰੀ ਹੈ। ਜੀ, ਪੋਲੀਟੀਕਲ ਰੀਸਟਰਕਚਰ ਦੀ ਗੱਲ ਕਰ ਰਹੇ ਹੋ, ਕਿਸ ਤਰ੍ਹਾਂ ਦਾ ਪੋਲੀਟੀਕਲ ਰੀਸਟਰਕਚਰ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕਿਉਂਕਿ ਬਹੁਤ ਚਿਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਹਰ ਵਾਰ ਤੁਹਾਡੇ ਉੱਤੇ ਸਵਾਲ ਜੇ ਜ਼ਿਆਦਾ ਚੁੱਕੇ ਜਾਂਦੇ ਨੇ। ਹਾਂਜੀ, ਨਹੀਂ ਜੀ, ਕੋਸ਼ਿਸ਼ ਦੇਖੋ ਇਹ ਕੋਈ ਐਡਾ ਸੌਖਾ ਕੰਮ ਤਾਂ ਹੈ ਨਹੀਂ, ਔਰ ਇਹ ਦਿਨਾਂ ਦੀ ਗੱਲ ਵੀ ਨਹੀਂ ਹੈ, ਮਹੀਨਿਆਂ ਦੀ ਗੱਲ ਨਹੀਂ ਹੈ, ਇਹਦੇ ਵਾਸਤੇ ਲੰਬਾ ਸਮਾਂ ਲੱਗ ਸਕਦਾ ਅਤੇ ਲੱਗਦਾ ਹੁੰਦਾ, ਕਿਉਂਕਿ ਇੱਕ 70 ਸਾਲਾਂ ਦਾ ਇੱਕ ਸਿਸਟਮ ਬਣਿਆ ਹੋਇਆ। ਜਦੋਂ ਮੈਂ ਹੁਣੇ ਬੋਲ ਵੀ ਰਿਹਾ ਸੀ ਉਹਦੇ 'ਚ ਮੈਂ ਇੱਕੋ ਹੀ ਗੱਲ ਕਰ ਰਿਹਾ ਸੀ ਵੀ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਓਬਜੈਕਟ ਸਮਝਦੇ ਆ ਸਾਡੇ ਪੋਲੀਟੀਕਲ ਲੀਡਰਸ, ਅਤੇ ਆਪ ਸਬਜੈਕਟ ਆ ਉਹ ਓਬਜੈਕਟ ਆ ਉਹਨਾਂ ਨੂੰ ਜਿਵੇਂ ਕੋਈ ਵਸਤੂ ਨਹੀਂ ਹੁੰਦੀ, ਵਸਤੂ ਦੀ ਤਰ੍ਹਾਂ ਉਹਨਾਂ ਨੂੰ ਵਰਤਦੇ ਆ। ਹੁਣ ਵਸਤੂ ਤੋਂ ਵੋਟਾਂ ਪਵਾ ਲਓ, ਵਸਤੂ ਨੂੰ ਜਿੱਧਰ ਮਰਜ਼ੀ ਖੜ੍ਹਾ ਕਰਾ ਲਓ, ਸੋ ਫਿਰ ਅਸੀਂ ਜੇ ਕਹਿੰਦੇ ਹਾਂ ਵੀ ਬਦਲਾਅ ਆਊਗਾ ਤਾਂ ਬੜਾ ਔਖਾ। ਪਹਿਲਾਂ ਤਾਂ ਸਾਡੇ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਆ ਉਹਨੂੰ ਪੈਦਾ ਕਰਨਾ ਪੈਣਾ, ਸਾਨੂੰ ਆਪਦੇ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ, ਉਹਦੇ 'ਚ ਹਰ ਬੰਦੇ ਨੂੰ ਆਪਦੀ ਰਿਸਪੋਂਸੀਬਿਲਿਟੀ ਨੂੰ ਸਮਝਣਾ ਪੈਣਾ ਵੀ ਸਮਾਜ ਪ੍ਰਤੀ ਉਹਦੀ ਕੀ ਰਿਸਪੋਂਸੀਬਿਲਿਟੀ ਆ ਔਰ ਇੱਥੇ ਬਦਲ ਕਿਵੇਂ ਲੈ ਕੇ ਆਵਾਂਗੇ ਅਸੀਂ। ਸੋ ਬਦਲ ਕੋਈ ਇੱਕ ਬੰਦੇ ਦੀ ਬਦਲ ਦੀ ਲੋੜ ਹੈ, ਕਿਸ ਤਰ੍ਹਾਂ ਦੇ ਬਦਲ ਦੀ ਲੋੜ? ਬਾਈ ਜੀ, ਇੱਕ ਤਾਂ ਮੈਂ ਇਹ ਮੰਨਦਾ ਵੀ ਜਿਹੜਾ ਤਣਾਅ ਅਤੇ ਟਕਰਾਅ ਪੈਦਾ ਹੋ ਰਿਹਾ ਨਾ ਸਾਡੇ ਸਮਾਜ 'ਚ, ਉਹ ਤਣਾਅ ਅਤੇ ਟਕਰਾਅ ਇਸ ਕਰਕੇ ਪੈਦਾ ਹੋ ਰਿਹਾ ਕਿਉਂਕਿ ਡੋਮੀਨੇਸ਼ਨ ਦੀ ਇੱਕ ਜਿਹੜੀ ਇੱਕ ਬੇਸਿਕ ਇੰਸਟਿੰਕਟ ਆ ਨਾ, ਉਹ ਡੋਮੀਨੇਟ ਹਰ ਵਰਗ, ਹਰ ਜਥੇਬੰਦੀ, ਹਰ ਪੋਲੀਟੀਕਲ ਪਾਰਟੀ ਡੋਮੀਨੇਟ ਕਰਨਾ ਚਾਹੁੰਦੀ ਆ। ਸੋ ਜਦੋਂ ਤੱਕ ਸਾਡੇ ਅੰਦਰ ਅਸੀਂ ਸਾਰਥਕਤਾ ਦੀ ਗੱਲ ਨਹੀਂ ਕਰਾਂਗੇ, ਜਦੋਂ ਤੱਕ ਇੱਕ ਟੋਟਲ ਡੈਮੋਕਰਟਾਈਜੇਸ਼ਨ ਦੀ ਗੱਲ ਨਹੀਂ ਕਰਾਂਗੇ, ਜਦੋਂ ਤੱਕ ਅਸੀਂ ਜੇ ਕੋਈ ਬਦਲ ਦੀ ਗੱਲ ਕਰੂਗਾ ਉਹਨੂੰ ਜਾਂ ਤਾਂ ਫਿਰਕੂ ਟੈਗ ਦੇ ਦਿਓ ਜਾਂ ਉਹਨੂੰ ਇਹ ਕਹਿ ਦਿਓ ਵੀ ਇਹ ਤਾਂ ਐਂਟੀ ਸੋਸ਼ਲ ਆ ਜਾਂ ਐਂਟੀ ਨੈਸ਼ਨਲ ਆ, ਇਹ ਟੈਗ ਦਿੰਦੇ ਰਹਿੰਦੇ ਆ, ਤੁਹਾਨੂੰ ਐਗਜ਼ਿਸਟ ਹੀ ਨਹੀਂ ਕਰਦੇ, ਤੁਹਾਡੀ ਸਪੇਸ ਨਹੀਂ ਦਿੰਦੇ ਤੁਹਾਨੂੰ। ਸੋ ਜਦੋਂ ਤੱਕ ਅਸੀਂ ਇਹਨਾਂ ਆਪਦੀ ਸਪੇਸ ਨੂੰ ਕ੍ਰੀਏਟ ਕਰਕੇ ਆਪਦੇ ਕੁਛ ਬੰਦਿਆਂ ਨੂੰ ਸੱਚੀ ਹੋਈ ਨਾਲ ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਕੇ ਨਾਲ ਨਹੀਂ ਜੋ ਤੋਰਾਂਗੇ ਅਤੇ ਫਿਰ ਇੱਕ ਟੋਟਲ ਡੈਮੋਕਰਟਾਈਜੇਸ਼ਨ ਦੀ ਗੱਲ ਨਹੀਂ ਕਰਾਂਗੇ, ਉਦੋਂ ਤੱਕ ਜਿਵੇਂ ਅੱਜ ਕੱਲ੍ਹ ਮੇਰੇ 'ਤੇ ਫਿਰਕੂ ਟੈਗ ਲੱਗਣ ਲੱਗ ਗਏ ਵੀ ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਰਦਾ ਜਾਂ ਤਾਂ ਇਹ ਤਾਂ ਸਿੱਖਾਂ ਦੀ ਗੱਲ ਕਰਦਾ, ਹਾਲਾਂਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ। ਮੈਂ ਕੱਲ੍ਹ ਨੂੰ ਕਿਸੇ ਵੀ ਸਾਡੇ ਵਰਗ 'ਤੇ ਕਿਤੇ ਵੀ ਧੱਕਾ ਕੋਈ ਸਰਕਾਰ ਕਰਦੀ ਆ ਮੈਂ ਨਾਲ ਖੜ੍ਹਾ ਹੋਊਂਗਾ। ਸੋ ਜਦੋਂ ਆਪਾਂ ਬਦਲ ਦੀ ਗੱਲ ਕਰਦੇ ਹਾਂ ਆਪਾਂ ਇੱਕ ਸਾਰਥਕ ਸਮਾਜ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਪੜ੍ਹ ਲਿਖ ਜਾਂਦੇ ਹਾਂ ਨਾ ਤਾਂ ਪੜ੍ਹਨ ਲਿਖਣ ਦਾ ਮੇਨ ਮਕਸਦ ਹੀ ਸਾਡਾ ਇਹ ਹੁੰਦਾ ਵੀ ਕੋਈ ਚੰਗਾ ਬਦਲਾਅ ਲੈ ਕੇ ਆਈਏ ਆਪਾਂ। ਬਾਈ ਜੀ, ਦੋ ਗੱਲਾਂ, ਰਾਜਨੀਤੀ ਤੋਂ ਬਾਹਰ ਤਾਂ ਅਸੀਂ ਚਾਹੇ, ਦੇਖੋ ਤੁਸੀਂ ਜਿਹੜੀ ਰਾਜਨੀਤੀ ਦੀ ਗੱਲ ਕਰਦੇ ਹੋ ਨਾ ਉਹ ਗੱਲ ਕਰ ਰਹੇ ਹੋ ਮੇਨ ਸਟ੍ਰੀਮ ਪੋਲੀਟਿਕਸ ਦੀ, ਵੋਟਾਂ ਦੀ ਪੋਲੀਟਿਕਸ ਦੀ, ਹੈ ਨਾ। ਮੇਨ ਸਟ੍ਰੀਮ ਪੋਲੀਟਿਕਸ ਅਤੇ ਜਿਹੜੀ ਆਪਾਂ ਮੰਨ ਲਓ ਇੱਕ ਕੌਨਫਲਿਕਟ ਪੋਲੀਟਿਕਸ ਕਰ ਰਹੇ ਹਾਂ, ਸਿਸਟਮ ਨਾਲ ਕੌਨਫਲਿਕਟ ਆਪਣਾ ਇੱਕ, ਹੈ ਨਾ, ਇਹ ਵੀ ਰਾਜਨੀਤੀ ਆ। ਰਾਜਨੀਤੀ ਦੇ ਵੀ ਵੱਖਰੇ ਵੱਖਰੇ ਵਹਿਣ ਹੁੰਦੇ ਆ ਔਰ ਆਪਾਂ ਨੂੰ ਮੇਨ ਸਟ੍ਰੀਮ 'ਚ ਵੀ ਆਉਣਾ ਪਊਗਾ, ਆਪਾਂ ਨੂੰ ਸੋਸ਼ਲ ਇੱਕ ਰੀਸਟਰਕਚਰਿੰਗ ਵੀ ਕਰਨੀ ਪਊਗੀ। ਔਰ ਇਹ ਗੱਲ ਤੁਹਾਡੀ ਪੱਕੀ ਆ ਵੀ ਬਿਨਾਂ ਇਹਦੇ 'ਚ ਅੰਦਰ ਵੜੇ ਹੋਏ, ਜੇ ਅਸੀਂ ਕਹਾਂਗੇ ਬਾਹਰੋਂ ਬੈਠੇ ਅਸੀਂ ਕੋਈ ਬਦਲ ਲੈ ਆਵਾਂਗੇ, ਇਹ ਤਾਂ ਹੋ ਨਹੀਂ ਸਕਦਾ। ਸੋ ਸਾਨੂੰ ਕਈ ਤਰ੍ਹਾਂ ਦੀਆਂ ਮੂਵਮੈਂਟਸ ਇਕੱਠੀਆਂ ਖੜੀਆਂ ਕਰਨੀਆਂ ਪੈਣਗੀਆਂ। ਤੁਸੀਂ ਗੱਲ ਕਰਦੇ ਹੋ ਕਿ ਵੀ ਰਾਜਨੀਤੀ ਬਦਲਣੀ ਜ਼ਰੂਰੀ ਹੈ, ਸਿਸਟਮ ਇਹ ਤਾਂ, ਪਰ ਰਾਜਨੀਤੀ ਨੂੰ ਜੁਆਇਨ ਕਰਨਾ ਕੀ ਗਲਤ ਹੈ? ਨਹੀਂ, ਮੈਂ ਤਾਂ ਰਾਜਨੀਤੀ ਦਾ ਪਾਰਟ ਹੀ ਬਣਿਆ ਹੋਇਆ, ਤੁਸੀਂ ਇਹ ਦੇਖੋ ਰਾਜਨੀਤੀ ਜੁਆਇਨ ਜਾਂ ਨਹੀਂ ਜੁਆਇਨ ਨੂੰ ਤਾਂ ਮੈਂ ਕਦੇ ਕਿਹਾ ਹੀ ਨਹੀਂ, ਪਰ ਮੈਂ ਇਹ ਗੱਲ ਜ਼ਰੂਰ ਕਹਿੰਦਾ ਰਿਹਾ ਵੀ ਹਜੇ ਮੇਰਾ ਮਕਸਦ ਵੋਟਾਂ ਲੜਨਾ ਨਹੀਂ ਆ, ਹਜੇ ਮੈਂ ਚੋਣਾਂ 'ਚ ਖੜ੍ਹਾ ਹੋ ਕੇ ਅਤੇ ਇਹ ਕਹਿ ਲਓ ਵੀ ਇੱਕ ਕਿਸੇ ਪਰਟੀਕੁਲਰ ਪਾਰਟੀ ਨਾਲ ਐਸੋਸੀਏਟ ਹੋ ਜਾਂ ਅਤੇ ਦੁਨੀਆ ਨੂੰ ਜਾਂ ਪੰਜਾਬ ਨੂੰ ਉਸ ਪਾਰਟੀ ਦੀ ਐਨਕ 'ਚੋਂ ਹੀ ਦੇਖਣ ਲੱਗ ਜਾਂ, ਫਿਰ ਤਾਂ ਉਹ ਪਾਰਟੀ ਹਿੱਤ ਪਹਿਲਾਂ ਹੁੰਦੇ ਆ, ਲੋਕਾਂ ਦੇ ਹਿੱਤ ਬਾਅਦ 'ਚ ਹੁੰਦੇ ਆ। ਹਜੇ ਤਾਂ ਅਸੀਂ
ਬੜੇ ਜਦੋਂ ਮੈਂ ਕਿਹਾ ਵੀ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਸ਼ਹਿਰਾਂ 'ਚ ਜਾ ਕੇ ਮਿਲ ਕੇ ਕੁਛ ਇਹੋ ਜਿਹੇ ਬੰਦੇ ਇਕੱਠੇ ਕਰੀਏ ਜਿਹੜੇ ਬੰਦੇ ਵਾਕਈ ਚਾਹੁੰਦੇ ਆ ਵੀ ਅਸੀਂ ਆਪਦੇ ਲੋਕਾਂ ਖਾਤਰ ਆਪਦੀ ਧਰਤੀ ਖਾਤਰ ਕੁਛ ਕਰ ਸਕੀਏ ਇਹ ਤੜਪ ਜਿਨ੍ਹਾਂ ਦੇ ਅੰਦਰ ਪਈ ਆ ਉਹਨਾਂ ਬੰਦਿਆਂ ਨੂੰ ਉਹਨਾਂ ਰੂਹਾਂ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਪਰ ਨੌਜਵਾਨਾਂ ਦਾ ਹੁਣੇ ਹਾਲੀ ਦੇ ਵਿੱਚ ਜੈਪਾਲ ਭੁੱਲਰ ਦਾ ਇਨਕਾਊਂਟਰ ਹੋਇਆ ਸਾਡੇ ਪੁਲਿਸ ਇਨਕਾਊਂਟਰ ਕਰ ਦਿੰਦੀ ਹੈ ਬਾਅਦ 'ਚ ਗੱਲ ਉੱਠਦੀ ਵੀ ਫੇਕ ਇਨਕਾਊਂਟਰ ਹਜੇ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸੰਸਕਾਰ ਨਹੀਂ ਕਰ ਉਹ ਕਹਿੰਦੇ ਵੀ ਫੇਕ ਇਨਕਾਊਂਟਰ ਕੀਤਾ ਨੌਜਵਾਨਾਂ ਨਾਲ ਤਾਂ ਇਹ ਕੁਛ ਹੋ ਰਿਹਾ ਜਿਹੜੇ ਨੌਜਵਾਨ ਥੋੜ੍ਹੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਹਿ ਦਿੰਦੇ ਵੀ ਪੁਲਿਸ ਆਪ ਗੈਂਗਸਟਰ ਬਣਾਉਂਦੀ ਹੈ ਫਿਰ ਮਾਰ ਦਿੰਦੀ ਹੈ ਇਹਦਾ ਸਾਨੂੰ ਪਤਾ ਮੇਰੇ ਤਾਂ ਤੁਸੀਂ ਇਹ ਦੇਖੋ ਜਦੋਂ ਆਪਾਂ ਇਹਦੇ 'ਤੇ ਜੋਰਾ ਕੀਤੀ ਸੀ ਉਹਦਾ ਬੇਸਿਕ ਮੁੱਦਾ ਹੀ ਇਹ ਸੀ ਵੀ ਇਹ ਸਿਸਟਮ ਕ੍ਰੀਏਟ ਕਰਦਾ ਸਿਸਟਮ ਜਨਰੇਟ ਕਰਦਾ ਜਿਹੜੇ ਇੱਥੇ ਆਪਾਂ ਕਹਿ ਦਈਏ ਵੀ ਕੋਈ ਗੈਂਗਸਟਰ ਬਣ ਜਾਂਦਾ ਕੋਈ ਇੱਥੋਂ ਚਲਾ ਜਾਂਦਾ ਕੋਈ ਨਸ਼ਿਆਂ 'ਚ ਪੈ ਜਾਂਦਾ ਕੋਈ ਹੋਰ ਛੋਟੇ ਪੈਟੀ ਕ੍ਰਾਈਮਸ ਕਰਨ ਲੱਗ ਜਾਂਦਾ ਜਦੋਂ ਤੱਕ ਅਸੀਂ ਬਿਮਾਰੀ ਨੂੰ ਆਹ ਜਿਹੜੇ ਬੰਦੇ ਕੋਈ ਗੈਂਗਸਟਰ ਬਣਨਾ ਕੋਈ ਨਸ਼ਿਆਂ 'ਚ ਪੈਣਾ ਇਹ ਤਾਂ ਲੱਛਣ ਆ ਬਿਮਾਰੀ ਦੇ ਹੈ ਨਾ ਜਦੋਂ ਤੱਕ ਬਿਮਾਰੀ ਨੂੰ ਜੜੋਂ ਨਹੀਂ ਪੱਟਾਂਗੇ ਨਾ ਉਦੋਂ ਤੱਕ ਬਾਈ ਇਹ ਲੱਛਣਾਂ ਨੇ ਪੈਦਾ ਹੁੰਦੇ ਹੀ ਰਹਿਣਾ। ਹੁਣ ਜੇ ਸਾਡਾ ਖੂਨ ਮੰਨ ਲਓ ਕਿਤੇ ਖਰਾਬ ਆ ਅਤੇ ਸਾਡੇ ਸਰੀਰ 'ਤੇ ਫੋੜੇ ਹੋ ਗਏ ਅਸੀਂ ਫੋੜਿਆਂ ਦੀ ਦਵਾਈ ਨਹੀਂ ਲੈਂਦੇ ਅਸੀਂ ਖੂਨ ਨੂੰ ਸਾਫ਼ ਕਰਦੇ ਹਾਂ ਪਹਿਲਾਂ ਅਤੇ ਕਿਉਂਕਿ ਜੇ ਫੋੜਿਆਂ ਦੀ ਦਵਾਈ ਲੈ ਲਈ ਤਾਂ ਉਹਨੇ ਹਫ਼ਤੇ ਜਾਂ ਮਹੀਨੇ ਬਾਅਦ ਫੇਰ ਹੋ ਜਾਣਾ। ਸੋ ਸਾਨੂੰ ਬਿਮਾਰੀ ਨੂੰ ਸਮਝਣਾ ਬਿਮਾਰੀ ਨੂੰ ਜੜੋਂ ਪੱਟਣਾ ਪਊਗਾ ਇਹ ਬਹੁਤ ਜ਼ਰੂਰੀ ਹੈ। ਸੋ ਇਹਦਾ ਹੱਲ ਇਨਕਾਊਂਟਰ ਥੋੜ੍ਹੀ ਆ ਉਹ ਤਾਂ ਇੱਕ ਬੰਦੇ ਨੂੰ ਤੁਸੀਂ ਜਿਵੇਂ ਅੱਜ ਆਪਾਂ ਅੰਦਰ ਵੀ ਗੱਲ ਕਰ ਰਹੇ ਸੀ ਵੀ ਤੁਸੀਂ ਮਨ ਨੂੰ ਬਦਲੋਂਗੇ ਔਰ ਮਨ ਨੂੰ ਕਿਵੇਂ ਬਦਲਿਆ ਜਾਊਗਾ ਇਹਦੇ ਲਈ ਤਾਂ ਫਿਰ ਇੱਕ ਲੰਬੀ ਡਿਸਕਸ਼ਨ ਆ। ਜਦੋਂ ਤੱਕ ਉਹਨਾਂ ਦੇ ਮਨਾਂ ਨੂੰ ਸੰਬੋਧਨ ਨਹੀਂ ਕਰੋਗੇ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ ਜਿੰਨੇ ਮਰਜ਼ੀ ਨਿਯਮ ਬਣਾ ਲਓ ਜੇ ਅਸੀਂ ਕਹੀਏ ਵੀ ਇੱਥੇ ਕ੍ਰਿਮੀਨਲ ਐਕਟੀਵਿਟੀਜ਼ ਘੱਟ ਹੋ ਜਾਣਗੀਆਂ ਨਸ਼ਾ ਘੱਟ ਜੂਗਾ ਜਾਂ ਇੱਥੇ ਤਣਾਅ ਅਤੇ ਟਕਰਾਅ ਘੱਟ ਜੂਗਾ ਸਮਾਜ 'ਚ ਇਹ ਤਾਂ ਪੋਸੀਬਲ ਹੀ ਨਹੀਂ ਹੈ। ਵਾਪਸ ਜਾ ਰਹੇ ਜੇ ਕਿਸਾਨੀ ਮੋਰਚੇ ਦੀ ਗੱਲ ਕਰੀਏ ਆਪਾਂ ਕਿਸਾਨੀ ਮੋਰਚੇ 'ਚ ਤੁਹਾਡੀ ਐਬਸੈਂਸ ਆ ਕਾਫੀ ਟਾਈਮ ਤੋਂ ਕਦੋਂ ਵਾਪਸ ਜਾ ਰਹੇ? ਨਹੀਂ ਜੀ ਐਬਸੈਂਸ ਨਹੀਂ ਹੈ ਦੇਖੋ ਸਾਡੇ ਉੱਥੇ ਸਾਰੇ ਬੰਦੇ ਤਾਂ ਉੱਥੇ ਹੀ ਬੈਠੇ ਆ ਔਰ ਹੁਣ ਮੈਂ ਤਾਂ ਪਿੰਡੋ ਪਿੰਡ ਹੀ ਹੋਇਆ ਹੋਇਆ ਕਿਉਂਕਿ ਲਾਮਬੰਦੀ ਤਾਂ ਪਿੰਡਾਂ 'ਚੋਂ ਹੀ ਕਰਨੀ ਹੈ ਔਰ ਉਹਨਾਂ ਪਿੰਡਾਂ 'ਚੋਂ ਕਈ ਵਾਰੀ ਕੀ ਹੋ ਗਿਆ ਜਦੋਂ 26 ਜਨਵਰੀ ਦੀ ਜੋ ਘਟਨਾ ਹੋਈ ਆ ਨਾ ਉਹਦੇ 'ਤੇ ਬਹੁਤ ਵੱਡਾ ਇੱਕ ਬਿਰਤਾਂਤ ਰਚ ਦਿੱਤਾ ਗਿਆ ਸਰਕਾਰ ਨੇ ਰਚਿਆ ਅਤੇ ਸਰਕਾਰ ਨੇ ਕਿਵੇਂ ਮਾਨਸਿਕਤਾ ਫੜੀ ਲੋਕਾਂ ਦੀ ਉਹ ਫਲੈਗ ਜਾਂ ਉਹ ਸਾਡਾ ਨਿਸ਼ਾਨ ਸਾਹਿਬ ਜਿਹੜਾ ਹਿਊਮਨ ਰਾਈਟਸ ਦੀ ਜਿੱਥੇ ਉਲੰਘਣਾ ਹੁੰਦੀ ਆ ਉੱਥੇ ਮੌਜੂਦ ਹੁੰਦਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਜਾ ਕੇ ਸ਼ਹੀਦੀ ਦਿੰਦੇ ਆ ਉਹ ਕਿਸ ਖਾਤਰ ਦਿੰਦੇ ਆ? ਹਿਊਮਨ ਰਾਈਟਸ ਦੀ ਉਲੰਘਣਾ ਹੀ ਹੋਈ ਸੀ ਨਾ ਉਦੋਂ ਬੰਦਿਆਂ ਨੂੰ ਮਾਰਿਆ ਹੀ ਜਾ ਰਿਹਾ ਸੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ ਅਤੇ ਉਹ ਜਿੱਥੇ ਜਾ ਕੇ ਉਹਦੀ ਰਿਪ੍ਰਜੈਂਟੇਸ਼ਨ ਇਕੱਲੇ ਧਰਮ ਦੇ ਨਾਂ 'ਤੇ ਹੀ ਕਰ ਦਿੱਤੀ ਜਾਣੀ ਅਤੇ ਉਹਨੂੰ ਇੱਕ ਕਲਚਰ ਨੂੰ ਜਾਂ ਇੱਕ ਹਿਊਮਨ ਰਾਈਟਸ ਵਾਇਓਲੇਸ਼ਨ ਨੂੰ ਸਿੰਬਲਾਈਜ਼ ਹੀ ਨਹੀਂ ਕਰਨਾ ਇਹ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਤਾਂ 26 ਤਰੀਕ ਤੋਂ ਬਾਅਦ ਇੱਕ ਬਹੁਤ ਤਰ੍ਹਾਂ ਦਾ ਸਾਡੇ ਆਪਦੇ ਅੰਦਰ ਹੀ ਇੱਕ ਕੌਨਫਲਿਕਟ ਪੈਦਾ ਕਰ ਦਿੱਤਾ ਗਿਆ ਸਰਕਾਰ ਨੇ ਕੀਤਾ। 26 ਤਰੀਕ ਤੋਂ ਬਾਅਦ ਦੀ ਘਟਨਾ ਤੋਂ ਬਾਅਦ ਜਿਹੜਾ ਅੰਦੋਲਨ ਹੈ ਉਹ ਉਸ ਢੰਗ ਦਾ ਅੰਦੋਲਨ ਬਣ ਪਾਇਆ ਜਿਹੜਾ 26 ਤਰੀਕ ਤੋਂ ਪਹਿਲਾਂ? ਨਹੀਂ ਜੀ 26 ਤੋਂ ਇਹ ਤਾਂ ਹੁਣ ਆਪਾਂ ਮੰਨਣੀ ਪਊ ਨਾ ਗੱਲ 26 ਤੋਂ ਪਹਿਲਾਂ ਤਾਂ ਤੁਸੀਂ ਵੀ ਸਾਰੇ ਹਰ ਸ਼ਖਸ ਉੱਥੇ ਸੀ ਬਈ ਕਿੱਡਾ ਵੱਡਾ ਜਜ਼ਬਾ ਅਤੇ ਹਿੰਮਤ ਹੌਸਲਾ ਸੀ। 26 ਤਰੀਕ ਨੂੰ ਜੋ ਕੁਛ ਵਾਪਰਿਆ ਉਹਦੇ 'ਚ ਥੋੜ੍ਹੀ ਜਿਹੀ ਡਿਸਲਿਊਜ਼ਨ ਤਾਂ ਹੋਏ ਆ ਲੋਕ ਪਰ ਉਹ ਡਿਸਲਿਊਜ਼ਨ ਕਿਉਂ ਹੋਏ ਆ ਉਹ ਸਾਡੀਆਂ ਆਪਣੀਆਂ ਗਲਤੀਆਂ ਵੀ ਆ ਅਤੇ ਸਰਕਾਰ ਤਾਂ ਚਾਹੁੰਦੀ ਸੀ ਵੀ ਇਹ ਕੰਮ ਉਹ ਟ੍ਰੈਪ ਸੀ ਇੱਕ ਸਰਕਾਰ ਦਾ। ਤੁਸੀਂ ਇਹ ਵਾਰ ਵਾਰ ਮੈਂ ਗੱਲਾਂ ਲਿਜਾਂਦਾ ਰਿਹਾ ਵੀ ਸਾਨੂੰ ਉਹ ਆਪ ਖਿੱਚ ਕੇ ਲੈ ਕੇ ਗਏ ਆ ਬੰਦਿਆਂ ਨੂੰ ਬੜੀ ਇਮਾਨਦਾਰੀ ਨਾਲ ਜਦੋਂ ਸੰਘਰਸ਼ ਦੀ ਗੱਲ ਕਰੀਏ ਬੜੀ ਇਮਾਨਦਾਰੀ ਨਾਲ ਤੇ ਸਿੰਸੈਰਿਟੀ ਨਾਲ ਲੜ ਰਹੇ ਜਿੱਥੇ ਕਿਤੇ ਉਹਨਾਂ ਨੇ ਮਾੜੀ ਮੋਟੀ ਖਤਾ ਕਿਤੇ ਆਏ ਮੰਨ ਲਓ ਵੀ ਮਾੜੇ ਮੋਟੇ ਰਾਹ ਤੋਂ ਭਟਕੇ ਆ ਸਾਡੀ ਸੰਗਤ ਉਹਨਾਂ ਨੂੰ ਆਪ ਹੀ ਰਾਹ 'ਤੇ ਲੈ ਆਉਂਦੀ ਹੈ ਇਹ ਵਰਤਾਰੇ ਵਾਪਰੇ ਆ ਉੱਥੇ ਔਰ ਮੰਨ ਲਓ ਜਿਵੇਂ ਮੈਂ ਬੈਠਾ ਲੱਖਾਂ ਬੈਠਾ ਕੁਛ ਉਹ ਗੱਲਾਂ ਕਰ ਦਿੰਦੇ ਆ ਪਰ ਉਹਨਾਂ ਨੇ ਇਮਾਨਦਾਰੀ ਅਤੇ ਸਿੰਸੈਰਿਟੀ ਨਾਲ ਸੰਘਰਸ਼ ਲੜਿਆ। ਅੱਜ ਜੇ ਮੈਂ ਗੱਲਾਂ ਨੂੰ ਅਧਿਐਨ ਕਰਾਂ ਦੇਖੋ ਪ੍ਰੋਪਾਗੈਂਡਾ ਜਿੰਨਾ ਮਰਜ਼ੀ ਕਰੀ ਜਾਈਏ ਪਰ ਜੇ ਆਪਾਂ ਗੱਲਾਂ ਦਾ ਅਧਿਐਨ ਕਰੀਏ ਨਾ ਤਾਂ ਇੱਕ ਸੋਸ਼ਲ ਟੈਰਰ ਜਿਹੜਾ 26 ਨੂੰ ਕ੍ਰੀਏਟ ਕੀਤਾ ਗਿਆ ਨਾ ਉਹ ਸਰਕਾਰ ਨੇ ਕੀਤਾ ਔਰ ਉਹ ਸੋਸ਼ਲ ਟੈਰਰ ਦੇ ਸ਼ਿਕਾਰ ਸਾਡੇ ਕਿਸਾਨ ਆਗੂ ਵੀ ਹੋ ਗਏ। ਜਦੋਂ ਆਪਾਂ ਕਹਿੰਦੇ ਹਾਂ ਨਾ ਫਰਸ਼ੀਵਾਦ ਹੁਣ ਬੀਜੇਪੀ ਫਰਸ਼ੀਵਾਦ ਕਰ ਰਹੀ ਆ ਫਰਸ਼ੀਵਾਦ ਕੀ ਆ? ਫਰਸ਼ੀਵਾਦ ਇਕੱਲਾ ਜ਼ੁਲਮ ਅਤੇ ਜ਼ਬਰ ਕਰਨਾ ਨਹੀਂ ਹੁੰਦਾ। ਫਰਸ਼ੀਵਾਦ ਕੀ ਹੁੰਦਾ ਉਹਦਾ ਕੈਰੈਕਟਰਿਸਟਿਕਸ ਕੀ ਆ? ਇੱਕ ਸੁਸਾਇਟੀ ਨੂੰ ਲੋਕਾਂ ਨੂੰ ਤਿਆਰ ਕੀਤਾ ਜਾਂਦਾ ਸੋਸ਼ਲ ਟੈਰਰ ਕ੍ਰੀਏਟ ਕਰਨ ਵਾਸਤੇ ਵੀ ਹੁਣ ਤਾਂ ਪਤਾ ਨਹੀਂ ਕੀ ਵਾਪਰ ਜੂ ਔਰ ਇਹੀ ਗੱਲ ਉੱਤੇ ਮੀਡੀਆ ਰਾਹੀਂ ਉਹਨਾਂ ਦੇ ਚੈਨਲਸ ਰਾਹੀਂ ਉਹੀ ਮੀਡੀਆ ਜਿਹਨੇ ਕਦੇ ਕਿਸਾਨੀ ਸੰਘਰਸ਼ ਦੀ ਗੱਲ ਨਹੀਂ ਕੀਤੀ ਸੀ ਤੁਸੀਂ ਸਾਰਿਆਂ ਨੇ
ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤੁਸੀਂ ਸਾਰਿਆਂ ਨੇ ਸਾਥ ਦਿੱਤਾ, ਮੈਨੂੰ ਦੱਸੋ ਜੇ ਨੈਸ਼ਨਲ ਮੀਡੀਆ ਨੇ ਸਾਥ ਦਿੱਤਾ ਹੋਵੇ ਤਾਂ। ਪਰ 26 ਤਰੀਕ ਨੂੰ ਆਲ ਆਫ ਅ ਸਡਨ ਸਾਰਾ ਨੈਸ਼ਨਲ ਮੀਡੀਆ ਚੱਲ ਪਿਆ ਅਤੇ ਉਹਨਾਂ ਨੂੰ ਮੁੜ ਕੇ ਸੌਫਟ ਟਾਰਗੇਟ ਲੱਭ ਗਏ, ਸੌਫਟ ਟਾਰਗੇਟ ਦੋ ਬੰਦੇ ਲੱਭ ਗਏ ਜਿਨ੍ਹਾਂ ਨੂੰ ਕੋਈ ਪਿਛੋਕੜ ਨੂੰ ਉਸ ਢੰਗ ਨਾਲ ਸਮਝਿਆ ਜਾ ਸਕਦਾ ਸੀ ਵੀ 100,000 ਦਾ ਪਿਛੋਕੜ ਵਿਵਾਦ 'ਚ ਰਿਹਾ, ਮੇਰਾ ਪਿਛੋਕੜ ਸਨੀ ਦਿਓਲ ਨਾਲ ਜੁੜਦਾ ਵੀ ਉਹ BJP ਦਾ ਇੱਕ ਅੱਜ MP ਆ, ਅਤੇ ਉਹ ਸੌਫਟ ਟਾਰਗੇਟ ਨੂੰ ਮੂਹਰੇ ਰੱਖ ਕੇ ਸਾਰਾ ਬਿਰਤਾਂਤ ਹੀ ਉਹ ਰਚਤਾ। ਸੋ ਸਰਕਾਰ ਨੇ ਕਿਵੇਂ ਖੇਡਾਂ ਖੇਡੀਆਂ, ਇੱਕ ਸੋਸ਼ਲ ਟੈਰਰ ਕ੍ਰੀਏਟ ਕੀਤਾ ਜਿਹਦੇ ਸਾਡੇ ਕਿਸਾਨ ਆਗੂ ਵੀ ਉਸ ਮੌਕੇ 'ਤੇ ਸਮਝ ਨਹੀਂ ਪਾਏ, ਅੱਜ ਉਹ ਅਸੀਂ ਕੋਈ ਵੀ ਨਹੀਂ ਸਮਝ ਪਾਇਆ, ਬੜੀ ਜਲਦੀ ਹੋਈ ਆ ਸਾਰੀ ਗੱਲ। ਪਰ ਅੱਜ ਜਦੋਂ ਇਹਨਾਂ ਗੱਲਾਂ ਨੂੰ ਐਨਾਲਾਈਜ਼ ਕਰਦੇ ਹਾਂ ਤਾਂ ਸਾਡੇ ਸਮਝ 'ਚ ਇੱਕ ਇੱਕ ਗੱਲ ਆ ਰਹੀ ਆ ਵੀ ਸਾਡੇ ਨਾਲ ਵਾਪਰਿਆ ਕੀ ਉੱਤੇ। ਹੁਣ ਕਿਹਾ ਜਾ ਰਿਹਾ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ ਜਿਹੜੀ ਵਿਰੋਧੀ ਧਿਰ ਨੇ, ਉਸਨੂੰ ਵੀ ਇਸ ਕਿਸਾਨੀ ਸੰਘਰਸ਼ ਨਾਲ ਜੋੜਨ ਦੀ ਲੋੜ ਹੈ ਤਾਂ ਕਿ ਸਰਕਾਰ 'ਤੇ ਹੋਰ ਦਬਾਅ ਪੈਂਦਾ ਹੋਇਆ ਨਜ਼ਰ ਆ ਸਕੇ। ਬਾਈ ਜੀ, ਗੱਲ ਇਹ ਆ ਵੀ ਅੱਜ ਵਿਰੋਧੀ ਧਿਰ ਤਾਂ ਕੋਈ ਰਹਿ ਹੀ ਨਹੀਂ ਗਈ ਨਾ। ਤੁਸੀਂ ਦੇਖੋ ਜੇ ਵਿਰੋਧੀ ਧਿਰ ਕਿਸੇ ਵੇਲੇ ਜੇ BJP ਸੈਂਟਰ 'ਚ ਆ ਤਾਂ ਕਾਂਗਰਸ ਹੁੰਦੀ ਸੀ, ਕਾਂਗਰਸ ਕਿੱਥੇ ਐਗਜ਼ਿਸਟੈਂਸ ਆ ਪੰਜਾਬ 'ਚ? ਚਲੋ ਸੂਬੇ ਲੈਵਲ 'ਤੇ ਹੈਗੀ ਆ ਪਰ ਨੈਸ਼ਨਲ ਲੈਵਲ 'ਤੇ ਐਗਜ਼ਿਸਟੈਂਸ ਸਾਨੂੰ ਦਿਖਦੀ ਆ। ਵਿਰੋਧੀ ਧਿਰ ਹੁਣ ਜਿਹੜੀਆਂ ਨਾ ਉਹ ਰੀਜਨਲ ਪਾਰਟੀਜ਼ ਬਣਨਗੀਆਂ, ਜਿਵੇਂ ਮਮਤਾ ਬੈਨਰਜੀ ਅੱਜ ਉਹ ਵਿਰੋਧੀ ਧਿਰ ਬਣ ਕੇ ਉਭਰੇ ਆ, ਹੈ ਨਾ। ਸੋ ਇਸ ਲਈ ਤੁਸੀਂ ਇਹ ਦੇਖੋ ਕਿਸੇ ਵੇਲੇ ਇਹ 1983 ਤੋਂ ਪਹਿਲਾਂ ਇਹ ਗੱਲ ਵਾਪਰੀ ਸੀ ਜਦੋਂ ਰੀਜਨਲ ਪਾਰਟੀਜ਼ ਇੱਕ ਵਿਰੋਧੀ ਧਿਰ ਬਣ ਕੇ ਬੜੇ ਸਟਰੋਂਗ ਹੋਲਡ ਰੱਖਦੀਆਂ ਸੀ। ਹੁਣ ਉਹੀ ਦੁਬਾਰਾ ਹਿਸਟਰੀ ਰਿਪੀਟ ਹੋਊਗੀ, ਚਾਹੇ ਪੰਜਾਬ ਹੋਵੇ, ਚਾਹੇ ਉਹ ਕੋਈ ਹੋਰ ਸਟੇਟ ਹੋਣ, ਚਾਹੇ ਸਾਊਥ ਦੇ ਸਟੇਟ ਹੋਣ, ਹੁਣ ਵੈਸਟ ਬੰਗਾਲ ਹੋ ਗਿਆ, ਵਿਰੋਧੀ ਧਿਰ ਦੇ ਇੱਥੋਂ ਲੀਡਰ ਪੈਦਾ ਹੋਣਗੇ ਕਿਸੇ ਵੇਲੇ। ਜੋ ਫਾਰੂਕ ਅਬਦੁੱਲਾ, ਜੋ ਆਪਾਂ ਕਹਿ ਦਿਓ ਵੀ ਉੱਧਰੋਂ ਵੈਸਟ ਬੰਗਾਲ 'ਚੋਂ ਜੋ ਲੀਡਰ ਨਿਕਲਦੇ ਸੀ ਜਾਂ ਤਾਮਿਲਨਾਡੂ 'ਚੋਂ ਨਿਕਲਦੇ ਸੀ, ਹੈ ਨਾ, ਉਹ ਬੰਦੇ ਉਦੋਂ ਵਿਰੋਧੀ, ਜਾਂ ਸ਼ਰਦ ਯਾਦਵ ਉਦੋਂ ਨਿਕਲੇ, ਹੋਰ ਬੜੇ ਬੰਦੇ ਨਿਕਲੇ ਆ, ਤਾਂ ਉਹ ਬੰਦੇ ਵਿਰੋਧੀ ਧਿਰ ਦੀ ਤਰ੍ਹਾਂ ਇੱਕ ਪ੍ਰੈਜੈਂਸ ਹੁੰਦੀ ਸੀ। ਹੁਣ ਰੀਜਨਲ ਪਾਰਟੀਜ਼ ਦੀ ਇੱਕ ਵਿਰੋਧੀ ਧਿਰ ਦੇ ਵੱਲੋਂ ਪ੍ਰੈਜੈਂਸ ਹੋਊਗੀ ਬਹੁਤ ਆਉਣ ਵਾਲੇ ਸਮੇਂ 'ਚ। ਤੁਸੀਂ ਅਕਾਲੀ ਦਲ ਬਾਰੇ ਗੱਲ ਕੀਤੀ ਹੈ ਸਰ, ਸਕੋਪ ਦੇਖਦੇ ਹੋ? ਬਾਈ ਜੀ, ਕਨਫਲਿਕਟ ਪੋਲਿਟਿਕਸ 2022 'ਚ ਨਾ ਜੋ ਪੰਜਾਬ ਦੇ ਅਸਲ ਮੁੱਦੇ ਆ ਉਹਨਾਂ ਨੂੰ ਤੈਅ ਕਰੂਗੀ, ਕਿਉਂ ਲੋਕਾਂ 'ਚ ਇੱਕ ਚੇਤਨਾ ਇਸ ਲੈਵਲ ਪੱਧਰ ਤੱਕ ਆ ਚੁੱਕੀ ਆ ਔਰ ਕਿਸਾਨੀ ਸੰਘਰਸ਼ ਲੈ ਕੇ ਆਇਆ ਉਹ ਚੇਤਨਾ। 2022 'ਚ ਹੁਣ ਜਦੋਂ ਪੋਲੀਟਿਕਸ ਹੋਊਗੀ ਨਾ, ਜਾਂ ਜਿਹੜੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ ਆਪਦੇ ਮੁੱਦੇ ਚੋਣ ਮੁੱਦੇ ਡਿਸਾਈਡ ਕਰਨਗੀਆਂ, ਉਹ ਅਸਲ ਹੋਣਗੇ। ਹੁਣ ਗਲੀਆਂ ਨਾਲੀਆਂ ਵਾਲੀ ਪੋਲੀਟਿਕਸ ਨਹੀਂ ਚੱਲਣੀ। ਸੋ ਕੋਨਫਲਿਕਟ ਪੋਲੀਟਿਕਸ ਇਸ ਗੱਲ ਨੂੰ ਇਸਟੈਬਲਿਸ਼ ਕਰੂਗੀ ਪੰਜਾਬ ਦੇ ਅਸਲ ਮੁੱਦੇ ਕੀ ਆ ਅਤੇ ਉਹਨਾਂ 'ਤੇ ਤੁਸੀਂ ਰਾਜਨੀਤੀ ਕਿਵੇਂ ਕਰੋਗੇ।